ਉਹਦਾ ਪੰਜ ਅਧਿਆਏ ਹਾਲੇਲੂਯਾ ਇੱਕ ਵਾਇਤ ਬਸ ਇੱਕ ਵਾਇਤ ਉਸ ਤੋਂ ਬਾਅਦ ਇਸ ਤੋਂ ਮੇਰੀ ਬਾਈਬਲ ਦੀ ਬਾਈਬਲ ਜਲਦੀ 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 ਲੈ ਮੇਰੀ ਬਾਈਬਲ ਸਭ ਕੋਲੋਂ ਇੱਕ ਉਹਦੇ ਵਿੱਚ ਆਪਾਂ ਸਿੱਖਣਾ ਜੋ ਬਾਈਬਲ ਦੀ ਆਇਤ ਨੇ ਦੱਸਣਾ ਉਹਦੇ ਮੁਤਾਬਕ ਗਈ ਲੋਕਾਂ ਦੇ ਘਰਾਂ ਭਰਾ ਭੈਣਾਂ ਭਾਈਆਂ ਨੂੰ ਜਾਣਾ ਤੇ ਉਹਨਾਂ ਨੂੰ ਮੋੜ ਕੇ ਕੀ ਆ ਇਹ ਆਇਤ ਮੈਨੂੰ ਮੋੜਦੀ ਵੀ ਜਾ ਖਰਾਬ ਹੋ ਜਾਣੇ ਕੰਮ ਚੱਲ ਜਾ ਬਚਾਲਾ ਰੂਹ ਇਹ ਖਤਮ ਹੋ ਰਿਹਾ ਕੰਮ ਹੇ ਭਰਾਵੋ ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹ ਭੁੱਲ ਜਾਵੇ ਅਤੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਭਈ ਜਿਹਨੇ ਇੱਕ ਪਾਪੀ ਨੂੰ ਉਹਦੀ ਬਦਰਾਹੀ ਤੋਂ ਮੋੜ ਲਿਆਂਦਾ ਉਹ ਇਸ ਜਾਨ ਨੂੰ ਮੌਤ ਤੋਂ ਬਚਾਵੇਗਾ ਹਾਲੇਲੂਯਾ ਹਾਲੇਲੂਯਾ ਕਿੰਨੇ ਲੋਕਾਂ ਨੂੰ ਸੁਣਿਆ ਵਾ ਤੇ ਜੇ ਕੋਈ ਤੁਹਾਡੇ ਵਿੱਚ ਰਸਤੇ ਲੁਕੀ ਹੋਵੇ ਫਿਰ ਰਿਪੀਟ ਕਰਾਂਗੇ ਰਿਪੀਟ ਕਰ ਸਿਸਟਰ ਹੇ ਭਰਾਵੋ ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹ ਭੁੱਲ ਜਾਵੇ ਅਤੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਭਈ ਜਿਹਨੇ ਇੱਕ ਪਾਪੀ ਨੂੰ ਉਹਦੀ ਬਦਰਾਹੀ ਤੋਂ ਮੋੜ ਲਿਆਂਦਾ ਸਭ ਤਾਰੀਫ ਕਰੋ ਦੱਸਿਆ ਕਿ ਜਿਹੜਾ ਸੱਚਾਈ ਦੇ ਰਾਹ ਨੂੰ ਭਟਕ ਜਾਵੇ ਤੇ ਜੇ ਉਹਨੂੰ ਜਾ ਕੇ ਮੋੜ ਲੈਂਦਾ ਤੇ ਸਮਝ ਲਓ ਇੱਕ ਪਾਪੀ ਨੂੰ ਉਹਨੇ ਬੁਰੇ ਕੰਮ ਕਰਨ ਤੋਂ ਰੋਕ ਗਿਆ ਬੱਚੇ ਨੇ ਬੋਲਿਆ ਨਾ ਕਿ ਜਾਓ ਜਿਹੜੇ ਹਟ ਕੇ ਉਹਨਾਂ ਦੇ ਘਰਾਂ 'ਚ ਜਾ ਉਹਨਾਂ ਨੂੰ ਮੋੜ ਕੇ ਗਿਆ ਬੱਚੇ ਨੇ ਕਿਹਾ ਕਿ ਮੈਂ ਕਿਹਾ ਕਿਹੜੇ ਲੋਕ ਯਕੀਨ ਕਰਦੇ ਪ੍ਰਭੂ ਦੀ ਆਵਾਜ਼ ਆ ਭੈਣ ਤੂੰ ਮੇਰੇ ਲਾਗੇ ਆਣ ਕੇ ਇੱਕ ਬੱਚਨ ਫਿਰ ਠੀਕ ਹੈ ਜੀ ਤੁਸੀਂ ਹੁਣ ਮੈਕ ਦੇ ਦਿਓ ਉੱਧਰ ਇੱਕ ਮੈਕ ਦੇ ਦਿਓ ਕੈਦ ਬਸ ਹਾਂ ਮੈਂ ਕਰਾਉਣਾ ਖੜੇ ਰਹਿ ਦਿਓ ਮੇਰੇ ਲਾਗੇ ਹਾਂ ਹੁਣ ਪੜ ਪੈਣ ਪੜੋ ਪੜੋ ਹਾਂ ਹਾਂ ਧਿਆਨ ਦੇ ਕੇ ਸਾਹਮਣੇ ਸੁਣਾ ਵੇਖੋ ਜੇ ਤੁਹਾਡੇ ਨਾਲ ਕੋਈ ਨਾਰਾਜ਼ ਆ ਤਾਂ ਅੱਜ ਹੀ ਉਹਦੇ ਘਰ ਜਾਓ ਉਹਦੇ ਹੱਥ ਜੋੜੋ ਜਾ ਕੇ ਉਹਨੂੰ ਮੁੜੋ ਉਹਨੂੰ ਕਿ ਭਾਈ ਚਰਚ ਨਾ ਛੱਡ ਮੈਂ ਤੇਰੇ ਘੜੀ ਹੱਥ ਜੋੜਦੀ ਹਾਂ ਚਰਚ ਆ ਜਾ ਕਿਉਂਕਿ ਵੇਖੋ ਐਤ ਸਾਨੂੰ ਕੀ ਕਹਿ ਰਹੀ ਆ ਇਹ ਐਤ ਸਾਨੂੰ ਕਹਿੰਦੀ ਕਿ ਉਹਨਾਂ ਨੂੰ ਮੋੜੋ ਉਹ ਸੱਚਾਈ ਦੇ ਰਾਸਤੇ ਨੂੰ ਭਟਕ ਚੁੱਕੇ ਆ ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ ਚੁੱਕੇ ਤੇ ਉਹਨਾਂ ਨੂੰ ਬਚਾਓ ਹਾਂਜੀ ਹੇ ਮੇਰੇ ਭਰਾਵੋ ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹ ਭੁੱਲ ਜਾਵੇ ਅਤੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਭਈ ਜਿਹਨੇ ਇੱਕ ਪਾਪੀ ਨੂੰ ਉਹਦੀ ਬਦਰਾਹੀ ਤੋਂ ਮੋੜ ਲਿਆਂਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਇੱਕ ਜਾਨ ਨੂੰ ਮੌਤ ਤੋਂ ਕੀ ਕਰੇਗਾ ਤੇ ਜੇ ਹਜ਼ਾਰਾਂ ਜਾ ਚੁੱਕੇ ਤੇ ਫਿਰ ਉਹ ਕਿੰਨੀ ਹਜ਼ਾਰਾਂ ਮੌਤਾਂ ਹੋ ਜਾਣਗੀਆਂ ਇੱਕ ਬੰਦਾ ਜਦੋਂ ਇੱਕ ਬੰਦੇ ਨੂੰ ਮੋੜ ਲਿਆਉਂਦਾ ਦੱਸਦਾ ਕਿ ਉਹਨੂੰ ਉਸ ਸੱਚਾਈ ਦੇ ਮਾਰਗ ਨੂੰ ਛੱਡ ਕੇ ਜਾ ਚੁੱਕਾ ਵਾ ਦੱਸਦਾ ਕਿ ਜਦੋਂ ਇੱਕ ਨੂੰ ਮੋੜਦਾ ਤੇ ਇੱਕ ਪਾਪੀ ਨੂੰ ਇੱਕ ਜਾਨ ਨੂੰ ਧਰਤੀ ਤੇ ਕੀ ਕਰਦਾ ਬਾਈਬਲ 'ਚ ਲਿਖਿਆ ਜਦੋਂ ਇੱਕ ਇਨਸਾਨ ਧਰਤੀ ਦੇ ਜਦੋਂ ਮੰਨ ਲਓ ਕਿ ਉਹ ਤੋਬਾ ਕਰਦਾ ਬਪਤਿਸਮਾ ਲੈਂਦਾ ਦੱਸਦਾ ਕਿ ਲੱਖਾਂ ਦੂਤ ਜਿਹੜੇ ਸਵਰਗ ਵਿੱਚ ਖੁਸ਼ੀ ਕੀ ਆ ਕਰਦੇ ਆ ਕਿ ਧਰਤੀ ਦੇ ਕੋਈ ਇਨਸਾਨ ਕਿਉਂ ਆ ਬਚਾਇਆ ਗਿਆ ਵਾ ਆਪਾਂ ਕਿਉਂ ਨਹੀਂ ਜਾਂਦੇ ਅਗਲੇ ਦੇ ਘਰ ਜਾਓ ਦੋ ਵਾਰ ਤਿੰਨ ਵਾਰ ਜਾਓ ਇੱਕ ਦਿਨ ਕਹੇਗਾ ਕਿ ਵਾਕਿਆ ਮੈਂ ਚੰਗਾ ਮੈਨੂੰ ਜਾਣਾ ਚਾਹੀਦਾ ਉਹ ਜਗ੍ਹਾ ਤੇ ਸਭ ਤਾਰੀਫ ਕਰੋ ਪ੍ਰਭੂ ਦੀ ਐਂਡ ਕਰ ਦੋ ਗੁਰੂ ਹਾਂ ਅਤੇ ਬਾਹਲੇ ਪਾਪਾਂ ਨੂੰ ਢੱਕ ਦੇਵੇਗਾ ਦੱਸਾ ਕਿ ਜਦੋਂ ਇੱਕ ਪਾਪੀ ਨੂੰ ਮੋੜੇਗਾ ਉਹ ਜਿੱਤ ਲੇਗਾ ਤੇ ਬਾਹਲੇ ਪਾਪ ਵੀ ਨਾਲ ਕੀ ਹੋ ਜਾਣਗੇ ਹੁਣ ਗੁੱਸੇ ਦੇ ਸਾਡੇ ਕੋਲ ਕਿੰਨੀਆਂ ਗੱਲਾਂ ਨਿਕਲ ਜਾਂਦੀਆਂ ਤੇ ਜਦੋਂ ਇਹ ਵਚਨ ਨੂੰ ਪੜਾਂਗੇ ਅਸੀਂ ਸਾਰਾ ਕੁਝ ਭੁੱਲ ਜਾਾਂਗੇ ਤੇ ਫਿਰ ਉਹਨਾਂ ਆਪਣੇ ਗੱਲ ਨਾਲ ਕੀ ਆ ਹੁਣ ਬਾਈਬਲ 'ਚ ਲਿਖਿਆ ਪ੍ਰਭੂ ਨੇ 99 ਭੇਟਾਂ ਛੱਡ ਕੇ ਇੱਕ ਦੇ ਮਗਰ ਕਿਉਂ ਗਿਆ ਸੀ ਹੁਣ 99 ਦੀ ਜ਼ਿਆਦਾ ਕੀਮਤ ਕਿ ਇੱਕ ਦੀ ਜ਼ਿਆਦਾ ਕੀਮਤ ਹੈ ਦੱਸੋ ਮੈਨੂੰ ਪ੍ਰਭੂ 99 ਭੇਟਾਂ ਨੂੰ ਛੱਡ ਕੇ ਤੇ ਇੱਕ ਦੇ ਮਗਰ ਕਿਉਂ ਗਿਆ ਕਿ ਇੱਕ ਦੀ ਜਾਨ ਦੀ ਕੀਮਤ ਵੀ ਓਨੀ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਮੇਰੀ ਚਰਚ ਮੇਰਾ ਇਕੱਲਾ ਨਹੀਂ ਚਰਚ ਤੁਹਾਡਾ ਤੁਹਾਡੇ ਨਾਲ ਹੀ ਇਹ ਚਰਚ ਆ ਜਿੱਥੇ ਕਲੀਸੀਆ ਉੱਥੇ ਕੀ ਆ ਚਰਚ ਆ ਤੁਸੀਂ ਜਾਓਗੇ ਅਗਵਾਈਆਂ ਦਿਓਗੇ ਤੇ ਉਹਨਾਂ ਨੂੰ ਮੋੜ ਲਿਆਓਗੇ ਤੁਸੀਂ ਇੱਕ ਪਾਪੀ ਨੂੰ ਕੀ ਕਰੋਗੇ ਬਚਾ ਲਓਗੇ ਜਿਹੜੇ ਸੱਚਾਈ ਦੇ ਰਾਹ ਤੋਂ ਭਟਕ ਗਿਆ ਤੁਹਾਡਾ ਮਤਲਬ ਇਸ ਵਚਨ ਨੂੰ ਪੜ੍ਹਨਾ ਉਦੋਂ ਧਿਆਨ ਦੇ ਕੇ ਪੜ੍ਹੋ ਕਿ ਵਚਨ ਸਾਨੂੰ ਕੀ ਸਮਝਾ ਰਿਹਾ ਅਸੀਂ ਗਲਤ ਕੀ ਆ ਹੋ ਰਿਹਾ ਸਭ ਪ੍ਰਭੂ ਦੀ ਮਹਿਮਾ ਕਰੋ ਠੀਕ ਹੈ ਸਿਸਟਰ ਤੁਸੀਂ ਜਾ ਸਕਦੇ ਹਾਂ ਨੈਕਸਟ ਆਖਰੀ ਭੇਜੋ ਕੰਨ ਵੀ ਠੀਕ ਹੋ ਚੁੱਕੇ ਨਲ ਵੀ ਠੀਕ ਹੋ ਚੁੱਕੇ ਆ ਕਿੰਨੀ ਦੇਰ ਤੋਂ ਜੀਸਸ ਮਿਨਿਸਟਰੀ ਵਿੱਚ ਆ ਰਹੇ ਤੁਸੀਂ
प्रभु की आवाज आ रही नलां दी दर्दां जान दी वा प्रभु कि सचे जितने पवित्र आत्मा पाले तुम ना लोगों के घर हूं पता लोग कहते लगता काले लंबे सारिया गलां दसी जाता है क्योंकि वो प्रभु की आत्मा जानता नहीं आ किन्ने लोग जो बाइबल पढ़ते अपने हाथ खड़े करो जो कंटिन्यू बाइबल रोज पढ़ते रोज एक हाथ खड़ा दो तीन तीन चार पांच 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 में जो छे बाकी बाकी भाई की करते सात तो पिछली साइड देख पाने अठ नौ जो बाइबल पढ़ते उन्होंने पता वा कि भावे सानू कि जो मर्जी करे क्योंकि बाइबल च लिखा यह वचन सच से पूरी तरह मन दे जगत में प्रभु पापिया बचाने वास्ते इतने भैन आई उस वे प्रभु ने प्रगट किया कि नलां दी दर्दां टुटिया हड्डिया शिकंजे खुलने वास्ते किया प्रभु की आवाज है तुहाडे घर च कोई भी जिन्हें शिकंजे लगे आ हर रोज प्रेयर करो ओदा शिकंजा छडाओ जाके भजेगा ते वेखो ना भजेगा ते फिर क्यों सब तारीफ करो प्रभु की ठीक है जी की होर की होर भी गवाई अच्छा हाँ बोलो बोलो पति नु गुप्त रोग ही तो मैं रोजे रखती रही तो रोजा में प्रार्थना की प्रभु मेरे पति नु तुसी ठीक कर चुके जो तो मेरे पति दा गुप्त रोग तेरे कोड़े काम तो मेरा पति चंगा किया हो चुका वा हुण किया इतनी देर तो चंगे हो गया अंकल दे घर दे विच उदों ते ठीक आ किन्नी देर तो रोग सी उहनां नू किन्ने चिर तो सुपने विच शैतान गलत गंदियां हरकतां करदा बड़ियां बड़ियां भैड़ियां बीमारियां लाउंदा तदे ते लोकां नूं पहुंच नहीं दिंदा ते उहदे सामने चल के उहने सारियां गल्लां की कर देणियां वा तुहानूं इत्थों फड़दा इदां करदा आ करदा ऐ हुंदा ई ते बिलकुल की हो चुके आजाद कहती भी मेरा भैन जी कहनी कि मेरा जीवन साथी ठीक हो चुका गुप्त रोग तो कन्न ठीक हो चुके नलां दी दर्दां जा चुकियां ये मिनिस्ट्री नाल जुड़े रहो वचन नाल जुड़े रहो ताड़ी हर आश ताड़े घर आप नठेगी प्रभु दे नाम दे विच आमीन छोटा वा एक गवाही होर कराऊंगा पिछली साइड ते बैठ बैठी रोकिया तो मैं बीमारी छड्ड देनी फिर इतवैन जे मेरे कहन ते रोक सकदी ते फिर आ भी किया किन्ने लोग सोचदे आ एलिया के बारे किन्ने लोग जानते एलिया बाइबल च लिखा दुख सुख भोगन वाला की एक मनुख सी ओदे कहते बरका रोगी तो कहते फिर शुरू जे कहते बीमारी हजा सकती तो बीमारी आ भी किया मैं फिर बाइबल च क्लीयर करवा ला हाँ जी भैन जी तुसी अपनी गवाही नहीं देंदे डर आता चल बोल 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 की तेरा नाम भैन मेरा नाम रूथ है ते मैं अजनाला रोकिया दवाई आ कहंदी कि मेरे लीवर दे विच प्रॉब्लम सी मैं जेड़ियां चीजां खानी ओह बाहर गई हां जी ए रोग तुहानूं किन्ने चिर दा है बचपन तो छेवीं प्रेयर दे जोधे आ प्रेयर लेस नी प्रेयर फाइटर ने जिहड़े ओ जंगा जितदे आ देखो मेरे भैण भाई इक मैं तुहानूं तरीका देण वास्ते जा रहा सारे नूं सुणो ध्यान नाल अपने कन्न खोला हो जरा चंगी तरह एक तरीका रहा जेड़े लोग बारह दिन दो प्रेयर कर लगे डरते ना भी अखा बंद सब कुछ चीजा दे दी सब के वास्ते ये प्रेयर आ कि अपनी अखा गेड़ के प्रेयर करो अखा कि करके खलो के अखा गेड़ के प्रेयर किया किने लोग सुन रहे जे तुहानूं नींद आउंदी नहीं सुनो अखा मारो पानी अखा गेड़ के फिर तुर फिर के उत्थे ओने से फायर प्रेयर करो अग दो अग प्रभु तुहाडे नाम च फायर देनी अग अखा गेड़ो जे तुहानूं गंदियां गंदियां चीजां मैनूं पता दुष्ट बड़ा भैड़ा वा बड़ी उल्टी चीजा दिखाता
ਉਹ ਗੰਦੀ ਚੀਜ਼ ਕਿਉਂ ਦਿਖਾਉਂਦਾ ਵੀ ਇਹ ਡਿਸਟਰਬ ਹੋ ਜਾਏ, ਹਟ ਜਾਏ, ਕਿ ਵੀ ਯਾਰ ਮੈਂ ਪ੍ਰੇਅਰ ਕਰਨਾ ਮੈਨੂੰ ਚੀਜ਼ਾਂ ਹੋਰ ਹੀ ਦੇ ਦੀਆਂ, ਕਿਉਂਕਿ ਤੁਹਾਡੇ ਕੋਲ ਚਾਨਣ ਆ, ਜਿੱਥੇ ਚਾਨਣ ਉੱਥੇ ਚੀਜ਼ਾਂ ਦਿਖਾਈ ਦੇਣੀਆਂ ਹੀ, ਹਨੇਰੇ ਵਿੱਚ ਕਦੀ ਨਹੀਂ ਦਿਖਦੀਆਂ। ਹੁਣ ਕਿੰਨੇ ਲੋਕ ਜਿਹੜੇ ਲੰਬੇ ਸਮੇਂ ਤੋਂ ਚਰਚ ਜਾ ਰਹੇ ਹੁੰਦੇ, ਕਦੀ ਸਾਨੂੰ ਕੁਛ ਦਿਖਿਆ ਨਹੀਂ। ਭਾਅ ਜੀ ਅੱਜ ਹੀ ਚਰਚ ਆਏ, ਇੱਕ ਮੀਟਿੰਗ, ਤੁਸੀਂ ਸਾਨੂੰ ਪ੍ਰੇਅਰ ਦੱਸੀ, ਅਸੀਂ ਪ੍ਰੇਅਰ ਕੀਤੀ ਜੀ ਆਪਣੇ ਘਰੋਂ, ਸ਼ੈਤਾਨ ਨੂੰ ਸਿੰਘਾਂ ਨੂੰ ਨੱਠਦਾ ਕੀ ਕੀਤਾ, ਭੱਜਦਾ ਵੇਖਿਆ ਉਹਨੇ ਭੱਜਣਾ ਹੀ ਆ। ਮੈਨੂੰ ਖੁਦ ਕਹਿੰਦਾ ਤਾ ਤੇਰੀ ਕਲੀਸੀਆ ਨੂੰ ਮੈਂ ਭਜਾਉਂਦਾ ਜੀ, ਇੱਧਰ ਨਾ ਜਾਇਓ, ਦੂਰ ਜਾਓ ਕਿਤੇ। ਪਰ ਮੈਂ ਤੁਹਾਨੂੰ ਕਹਿੰਦਾ ਵੇਖੋ ਮੇਰੇ ਭੈਣ ਭਾਈਓ, ਇਹ ਮੇਰੀ ਆਵਾਜ਼ ਨਹੀਂ, ਪ੍ਰਭੂ ਦੀ ਆਵਾਜ਼ ਆ। ਪ੍ਰਭੂ ਦੇ ਵਚਨਾਂ ਚੜੇ ਔਰ ਖੜੇ ਤੇ ਤੁਹਾਨੂੰ ਵੱਡੀ ਗਵਾਹੀ ਦੇ ਨਾਲ ਪ੍ਰਭੂ ਲੈ ਕੇ ਮੱਤੀ 18:18-12 ਤੋਂ 2 ਦੀ ਪ੍ਰੇਅਰ, ਹਫ਼ਤੇ 'ਚ 3 ਵਾਰ ਤੇ ਕਰਨ ਵਿੱਚ ਜ਼ਬੂਰ ਨਾ ਛੱਡੋ, ਤੁਸੀਂ ਮਹਾਨ ਮਿਰੇਕਲ ਵੇਖੋਗੇ ਆਪਣੇ ਘਰਾਂ ਦੇ ਵਿੱਚ। ਆਮੀਨ। ਸਭ ਤਾਰੀਫ ਕਰੋ, ਤਾਰੀਫ ਤਾਰੀਫ ਵਿੱਚ। ਹੋਰ ਭੈਣ ਜੀ ਕੀ ਪ੍ਰੋਬਲਮ ਹੈ? ਹੁਣ ਠੀਕ ਆ, ਹੁਣ ਠੀਕ ਹੋ ਗਏ? ਜਿਹੜਾ ਆਉਣਾ ਚਰਚ ਕਿੰਨਾ ਚਿਰ ਵਾਸਤੇ? ਚੰਗਾਈ ਵਾਸਤੇ। ਕੀ ਕਿਹਾ ਭਲਾ? ਸਦਾ ਲਈ ਆਉਣਾ ਚਰਚ। ਮੈਂ ਮੂੰਹ ਲਾ ਕੇ ਕਰੀ ਯਾਰਾ, ਸਦਾ ਲਈ ਚਰਚ। ਕਿੰਨੇ ਲੋਕਾਂ ਨੇ ਸੁਣਿਆ? ਇਹਨੇ ਕੀ ਕਿਹਾ ਵਾ ਕਿ ਸਦਾ ਲਈ ਹੁਣ ਮਿੱਥੇ ਕੀ ਆ? ਪਰ ਮੈਨੂੰ ਪਤਾ ਪ੍ਰਭੂ ਨੇ ਸੁਣ ਲਿਆ, ਪ੍ਰਭੂ ਨੇ ਦੀ ਗੱਲ ਨੂੰ ਕੈਚ ਕੀਆ। ਹੁਣ ਸ਼ੈਤਾਨ ਨੇ ਪਤਾ ਕਰਨਾ ਉਹ ਰਹਿਣ ਤੇ ਠੀਕ ਲੱਗੇ, ਚਰਚ ਚੱਲ ਜਾ ਲੱਗੇ ਵਾਲਾ ਠੀਕ ਹੀ। ਪਰ ਜਿਹੜੇ ਇੱਥੇ ਆ ਰਹੇ ਆ ਉਹਨਾਂ ਨੂੰ ਨਵੇਂ ਨਵੇਂ ਤਰੀਕੇ ਮਿਲਣਗੇ, ਕਿਉਂਕਿ ਸਭ ਤੋਂ ਪਹਿਲਾਂ ਜੇ ਤੁਹਾਡਾ ਸੇਵਕ ਵੀ ਕੋਈ 3 ਰਾਤ ਮਿਹਨਤ ਕਰਦਾ, ਉਹ ਤੁਹਾਨੂੰ ਤਰੀਕੇ ਦੇਗਾ। ਹੁਣ ਕਈ ਰੱਬ ਦੇ ਦਾਸ ਜਿਹੜੇ 4-4 ਦਿਨ ਬਾਈਬਲ ਨਹੀਂ ਖੋਲਦੇ ਤਾਂ ਕੀ ਸਿਖਾਉਣਗੇ ਲੋਕਾਂ ਨੂੰ? ਕਿਉਂ ਬਈ ਕੀ ਸਿਖਾਉਣਗੇ? ਕੁਛ ਨਹੀਂ ਸਿਖਾਉਣਗੇ। 5 ਮਿੰਟ ਦੀ ਪ੍ਰੇਅਰ, 10 ਮਿੰਟ ਦੀ ਪ੍ਰੇਅਰ ਤੇ ਕੁਛ ਨਹੀਂ ਕਰੇਗੀ। ਪ੍ਰੇਅਰ ਜਦੋਂ ਕਰਨੀ ਆ ਲਗਾਤਾਰ 4-4-5 ਘੰਟੇ ਫਾਈਟ ਕਰੋ। ਜੇ ਤੁਹਾਨੂੰ ਥਕਾਵਟ ਹੋ ਗਈ ਵੀ ਸੁਣੋ, ਜੇ ਤੁਸੀਂ ਪ੍ਰੇਅਰ ਕਰਦੇ ਥੱਕ ਗਏ ਨਾ ਤੇ ਲੰਮੇ ਪੋ ਸਕੈਚ ਖੋਲ ਦਿਓ, ਸਿੱਧੇ ਲੰਮੇ ਪੋ ਸਿੱਧੇ ਖਾ ਲਓ, ਮੂੰਹ ਸਿੱਧਾ ਲੰਮੇ ਪੈ ਗਏ। ਲੰਮੇ ਪੈ ਗਏ ਬੜਾ ਕੌਣ ਪ੍ਰੇਅਰ ਕਰਦਾ ਸੀ? ਦਾਊਦ ਉਹ ਲੰਮੇ ਪੈ ਗਈ ਕਰਦਾ ਸੀ ਪ੍ਰੇਅਰ। ਕਦੀ ਅੱਖ ਬੰਦ, ਬਾਈਬਲ 'ਚ ਕਿਤੇ ਵੀ ਨਹੀਂ ਲਿਖਿਆ ਕਿ ਅੱਖਾਂ ਬੰਦ ਕਰਕੇ ਪ੍ਰੇਅਰ ਕਰੋ, ਬਾਈਬਲ 'ਚ ਕਿਤੇ ਵੀ ਨਹੀਂ ਆ। ਜਦੋਂ ਪ੍ਰਭੂ ਨੇ 5 ਰੋਟੀਆਂ ਦੇ 2 ਮੱਛੀਆਂ ਦੇ ਪ੍ਰੇਅਰ ਕੀਤੀ, ਉਹਨੇ ਅੱਖਾਂ ਬੰਦ ਕੀਤੀਆਂ ਸੀ? ਕਿੱਦਾਂ ਕੀਤੀ? ਅੱਖਾਂ ਖੜੀਆਂ ਕਰਕੇ, ਹੱਥ ਖੜੇ ਕਰਕੇ, ਉੱਪਰਾਂ 'ਚ ਫੜ ਕੇ ਕੀ ਕੀਤੀ ਕਿ ਪਰਮੇਸ਼ੁਰ ਤੁਸੀਂ ਮੈਨੂੰ ਘੱਲਿਆ ਇਸ ਜਗ੍ਹਾ 'ਤੇ ਅਤੇ ਮੈਂ ਤੁਹਾਡੇ ਹੱਥ 'ਚ ਦੇਣਾ, ਬਲੈਸ ਕਰੋ ਪ੍ਰਭੂ। ਕੀਤਾ ਕਿ ਨਹੀਂ? ਫਿਰ ਅੱਖਾਂ ਬੰਦ ਕੀਤੀਆਂ ਪ੍ਰਭੂ ਨੇ? ਮਤ ਸੋਚਿਆ ਕਰੋ, ਤਾਰੀਫ